ਸੁਪਤਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਤੁਹਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁਰਦਨ ਸਿੰਘ ਜੀ ਕੱਲ ਤੁਸੀਂ ਕੁਈਨਸ ਪਾਰਕ ਤੇ ਵੀ ਬੋਲੇ ਸੀਗੇ ਬ੍ਰੈਂਪਟਨ ਨੂੰ ਤੁਸੀਂ ਮਹਿਸੂਸ ਕਰਦੇ ਹੋ ਕਿ ਇਹ ਬਲੇਮ ਕੀਤਾ ਜਾ ਰਿਹਾ ਬ੍ਰੈਂਪਟਨ ਖਾਸ ਤੌਰ ਤੇ ਤੁਹਾਡਾ ਰੈਡਿੰਗ ਜਿਹੜੀ ਆ ਬ੍ਰੈਂਪਟਨ ਈਸਟ ਵਾਲੀ ਕੋਵਿਡ 19 ਦੇ ਸਪਰੈਡ ਵਾਸਤੇ ਤੁਸੀਂ ਇਹਦੇ ਤੇ ਕੀ ਜਸਟੀਫਾਈ ਕਰਨਾ ਚਾਹੁੰਦੇ ਹੋ ਕਿ ਉਹਦੇ ਲਈ ਤੁਹਾਡੇ ਏਰੀਏ ਦੇ ਲੋਕ ਰਿਸਪੋਂਸੀਬਲ ਨਹੀਂ ਆ ਕੁਛ ਮੀਡੀਆ ਦਾ ਹਿੱਸਾ ਜਾਂ ਕੁਛ ਪੋਲੀਟੀਸ਼ੀਅਨ ਇਸ ਨੂੰ ਡੀਫੇਮ ਕਰ ਰਹੇ ਇਸ ਏਰੀਏ ਨੂੰ ਕੀ ਕਹਿਣਾ ਤੁਹਾਡਾ ਸੋ ਦੋ ਗੱਲਾਂ ਨੇ ਵੀਰ ਜੀ ਸਭ ਤੋਂ ਪਹਿਲੀ ਗੱਲ ਹੈ ਕੋਵਿਡ 19 ਵਾਸਤੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਜੋ ਕੁਛ ਅਸੀਂ ਆਪ ਕਰ ਸਕਦੇ ਕਰਨਾ ਚਾਹੀਦਾ ਤੇ ਜੋ ਕੁਛ ਪਬਲਿਕ ਹੈਲਥ ਅਫੀਸ਼ਲ ਕਹਿੰਦੇ ਨੇ ਅਸੀਂ ਉਹ ਜ਼ਰੂਰ ਫਾਲੋ ਕਰਨਾ ਤੇ ਪਬਲਿਕ ਹੈਲਥ ਅਫੀਸ਼ਲ ਆਪ ਕਹਿੰਦੇ ਨੇ ਕਿ ਆਉਣ ਵਾਲੇ 4 ਹਫ਼ਤੇ ਲਈ ਘੱਟ ਤੋਂ ਘੱਟ ਕਰੇ ਰਹਿਣਾ ਚਾਹੀਦਾ ਤੇ ਸਿਰਫ ਜਿਹੜਾ ਐਸੈਂਸ਼ੀਅਲ ਚੀਜ਼ਾਂ ਵਾਸਤੇ ਬਾਹਰ ਜਾਣਾ ਚਾਹੀਦਾ ਸੋ ਇਹ ਚੀਜ਼ ਮੈਂ ਬਿਲਕੁਲ ਸਹਿਮਤ ਹਾਂ ਕਿ ਹਰ ਬੰਦੇ ਦਾ ਆਪ ਦਾ ਰਿਸਪੋਂਸੀਬਿਲਟੀ ਹੈ ਕੋਵਿਡ 19 ਨੂੰ ਕੰਟਰੋਲ ਕਰਨ ਲਈ ਪਰ ਇੱਕ ਹੋਰ ਵੀ ਗੱਲ ਹੈ ਕਿ ਉਹਦੇ ਬਾਰੇ ਬਹੁਤ ਘੱਟ ਲੋਕ ਹੀ ਗੱਲ ਕਰਦੇ ਨੇ ਹੁਣ ਥੋੜੇ ਬਾਅਦ ਜਾ ਕੇ ਦੇਖ ਲਓ ਹੁਣ ਤੁਹਾਡੇ ਸ਼ੋਅ ਵਾਸਤੇ ਜਿਹੜੇ ਤੁਹਾਡੇ ਲਿਸਨਰਸ ਨੇ ਮੈਨੂੰ ਪਤਾ ਤੁਹਾਡੇ ਬਹੁਤ ਜ਼ਿਆਦਾ ਜਿਹੜੇ ਸਾਡਾ ਭੈਣ ਭਰਾ ਜਿਹੜਾ ਟਰੈਕਿੰਗ ਇੰਡਸਟਰੀ ਦੇ ਵਿੱਚ ਕੰਮ ਕਰਦੇ ਨੇ ਜਿਹੜੇ ਸਾਡਾ ਭੈਣ ਭਰਾ ਫੈਕਟਰੀ ਦੇ ਵਿੱਚ ਕੰਮ ਕਰਦੇ ਜਾਂ ਕਿਮ ਹੋਮਸ ਵਿੱਚ ਕੰਮ ਕਰਦੇ ਤੁਹਾਡੇ ਸ਼ੋਅ ਨੂੰ ਲਿਸਨ ਕਰਦੇ ਨੇ ਉਹ ਇੱਕ ਅਸੈਂਸ਼ਲ ਵਰਕਰਸ ਹੈਗੇ ਨੇ ਤੇ ਉਹ ਕਰੇ ਬੈਠ ਕੇ ਕੰਮ ਨਹੀਂ ਕਰ ਸਕਦੇ ਉਹਨੂੰ ਇੱਕ ਜ਼ਰੂਰੀ ਚੀਜ਼ ਹੈ ਦੇ ਹੈਵ ਟੂ ਲੀਵ ਦੇਅਰ ਹਾਊਸ ਟੂ ਗੋ ਟੂ ਵਰਕ ਸੋ ਇਹ ਜੇ ਤੁਸੀਂ ਸਬੂਤ ਦੇਖਦੇ ਹੋ ਜਦੋਂ ਸਾਡੇ ਗੱਲ ਹੋਈ ਸੀ ਡਾਕਟਰ ਲੋ ਇੱਕ ਅਪੀਲ ਦੇ ਵਿੱਚ ਸਾਡਾ ਚੀਫ ਮੈਡੀਕਲ ਆਫਿਸਰ ਮੈਡੀਕਲ ਮੇਨ ਮੈਡੀਕਲ ਆਫਿਸਰ ਇੱਥੇ ਅਪੀਲ ਦੇ ਵਿੱਚ ਜੋ ਆਪ ਸਾਨੂੰ ਸਮਝਾਇਆ ਕਿ ਬ੍ਰੈਂਪਟਨ ਈਸਟ ਦੇ ਵਿੱਚ ਤੇ ਉਹ ਓਵਰਆਲ ਬ੍ਰੈਂਪਟਨ ਦੇ ਵਿੱਚ ਜ਼ਿਆਦਾ ਕੋਵਿਡ 19 ਦਾ ਸਪਰੈਡ ਵਰਸ ਪਲੇਸਿਸ ਦੇ ਵਿੱਚ ਹੁੰਦਾ ਤੇ ਇੱਕ ਹੋਰ ਵੀ ਗੱਲ ਹੈ ਸਾਨੂੰ ਪਤਾ ਕਿ ਬ੍ਰੈਂਪਟਨ ਵਿੱਚ ਆਲਰੇਡੀ ਸਾਡਾ ਹੈਲਥ ਕੇਅਰ ਸਿਸਟਮ ਬਹੁਤ ਕਮਜ਼ੋਰ ਸੀ ਸਿਟੀ ਕਾਉਂਸਲ ਆਫ ਬ੍ਰੈਂਪਟਨ ਇੱਕ ਹੈਲਥ ਕੇਅਰ ਐਮਰਜੈਂਸੀ ਡਿਕਲੇਅਰ ਕੀਤਾ ਸੀਗਾ ਕੋਵਿਡ 19 ਤੋਂ ਪਹਿਲਾਂ ਤੇ ਹੁਣ ਜਿਹੜਾ ਕੰਸਰਨਡ ਸਰਕਾਰ ਉਹ ਸਾਡੇ ਸ਼ਹਿਰ ਨੂੰ ਨਹੀਂ ਸਪੋਰਟ ਦੇ ਰਹੇ ਨੇ ਇਸ ਨੂੰ ਨਹੀਂ ਇਨਵੈਸਟਮੈਂਟ ਦੇ ਰਹੇ ਨੇ ਕੋਵਿਡ 19 ਨੂੰ ਬੀਟ ਕਰਨ ਲਈ ਸੋ ਸਾਡੇ ਪੋਜੀਸ਼ਨ ਇਹੀ ਹੈ ਐਨਡੀਪੀ ਵੱਲੋਂ ਸਾਡਾ ਮੰਗ ਇਹੀ ਹੈ ਕਿ ਵੀ ਨੀਡ ਟੂ ਗੈਟ ਦੀ ਇਨਵੈਸਟਮੈਂਟ ਫਰਮ ਦਾ ਕੰਸਰਨਡ ਗਵਰਨਮੈਂਟ ਟੂ ਹੈਲਪ ਫਾਈਟ ਕੋਵਿਡ 19 ਸਾਨੂੰ ਜ਼ਿਆਦਾ ਇੰਸਪੈਕਸ਼ਨ ਦੀ ਲੋੜ ਹੈਗੇ ਆ ਵਰਕ ਪਲੇਸਿਸ ਦੇ ਵਿੱਚ ਸਾਨੂੰ ਜ਼ਿਆਦਾ ਸਪੋਰਟ ਦੀ ਲੋੜ ਹੈ ਫਾਰ ਟੈਸਟਿੰਗ ਐਂਡ ਮੋਰ ਕੰਟੈਕਟ ਟ੍ਰੇਸਿੰਗ ਵੀ ਨੀਡ ਦੀ ਇਨਵੈਸਟਮੈਂਟ ਫਰਮ ਦਾ ਗਵਰਨਮੈਂਟ ਅਲੋਂਗ ਸਾਈਡ ਪੀਪਲਸ ਪਰਸਨਲ ਰਿਸਪੋਂਸੀਬਿਲਿਟੀ ਗੁਰਚਨ ਜੀ ਪ੍ਰੀਮੀਅਰ ਡਗਫੋਰਡ ਆਲਰੇਡੀ ਅਨਾਊਂਸਮੈਂਟ ਕਰ ਚੁੱਕੇ ਨੇ ਬ੍ਰੈਂਪਟਨ ਵਾਸਤੇ ਨਵੇਂ ਹਸਪੀਟਲ ਦੀ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਸੋ ਉਹਦੇ ਬਾਰੇ ਪਿਛਲੇ ਹਫ਼ਤੇ ਜਦੋਂ ਫੋਰਡ ਸਰਕਾਰ ਨੇ ਬਜਟ ਰਿਲੀਜ਼ ਕੀਤਾ ਸੀਗਾ ਬਜਟ ਵਿੱਚ ਤੁਹਾਨੂੰ ਪਤਾ ਤੇ ਥੋੜੇ ਸਾਰੇ ਲਿਸਨਰਸ ਨੂੰ ਪਤਾ ਕਿ ਜੋ ਕੁਛ ਗਵਰਨਮੈਂਟ ਦੀ ਸਪੈਂਡਿੰਗ ਪ੍ਰਾਇੋਰਟੀਜ਼ ਹੈਗੇ ਨੇ ਸਭ ਕੁਛ ਬਜਟ ਵਿੱਚ ਲਿਖਿਆ ਤੇ ਬ੍ਰੈਂਪਟਨ ਦੀ ਨਵਾਂ ਹਸਪੀਟਲ ਬਾਰੇ ਕੁਛ ਨਹੀਂ ਲਿਖਿਆ ਸੀਗਾ ਤੇ ਬ੍ਰੈਂਪਟਨ ਦੀ ਪੀਓ ਮੈਮੋਰੀਅਲ ਜਿਹੜਾ ਅਸੀਂ ਕਨਵਰਟ ਕਰਨਾ ਇੱਕ ਹੈਲਥ ਸੈਂਟਰ ਹਸਪੀਟਲ ਨੂੰ ਉਹ ਵੀ ਕੁਛ ਨਹੀਂ ਲਿਖਿਆ ਸੋ ਇਹ ਇੱਕ ਹੋਰ ਐਗਜ਼ਾਮਪਲ ਹੈ ਕਿ ਜਿਹੜੇ ਡਾਗਫੋਰਡ ਇੱਕ ਚੀਜ਼ ਕਹਿੰਦਾ ਪਰ ਕੁਛ ਹੋਰ ਕਰਦਾ ਤੇ ਹੁਣ ਅਸੀਂ ਸਾਫ਼ ਕਹਿ ਸਕਦੇ ਕਿਉਂਕਿ ਅਸੀਂ ਸਬੂਤ ਦੇਖ ਰਹੇ ਹਾਂ ਅਸੀਂ ਬਜਟ ਤੁਸੀਂ ਆਪ ਪੜ੍ਹ ਸਕਦੇ ਹੋ ਇਟਸ ਅਵੇਲੇਬਲ ਫਾਰ ਐਨੀਵਨ ਤੇ ਉਹਦੇ ਵਿੱਚ ਦੇਰ ਇਜ਼ ਨਥਿੰਗ ਰਿਟਨ ਅਬਾਊਟ ਦੀ ਸੈਕੰਡਰੀ ਹਸਪੀਟਲ ਇਨ ਬ੍ਰੈਂਪਟਨ ਦਿਸ ਇਜ਼ ਐਨ ਐਮਪਟੀ ਪ੍ਰੋਮਿਸ ਇੱਕ ਬਿਲਕੁਲ empty promise hai ga premier wallon from the conservative government they are actually not bringing any investment from into brampton they asi is issue we uthaya ndp wallon ke galat hai brampton se ek nava hospital di lod hai but the conservative jidda liberal bhi pehla kita si ga oh elections you know time pe ja kade kade they say par oh kuch karde nahi sade shahar waste gurutan main tonu interrupt karda ha jehde residents ne is area de brampton de oh log mehsoos karde ha ke ਜਿਹੜੀ ਐਕਚੁਅਲ ਪਾਪੂਲੇਸ਼ਨ ਹੈ ਉਹਨੂੰ ਕਿਤੇ ਵੱਧ ਪਾਪੂਲੇਸ਼ਨ ਬ੍ਰੈਂਪਟਨ 'ਚ ਰਹਿ ਰਹੀ ਹੈ ਕਿਉਂਕਿ ਇੰਟਰਨੈਸ਼ਨਲ ਸਟੂਡੈਂਟਸ ਕਾਫੀ ਸਾਰੇ ਇੱਥੇ ਰਹਿ ਰਹੇ ਆ ਵਰਕ ਪਰਮਿਟ ਰਹਿ ਰਹੇ ਜਿਹੜੇ ਕਿ ਪਾਪੂਲੇਸ਼ਨ ਜਿਹੜੀ ਕਾਊਂਟਿੰਗ ਆ ਉਹ 'ਚ ਨਹੀਂ ਆਉਂਦੇ ਸੋ ਮੋਰ ਦੈਨ 700,000 ਆਲਮੋਸਟ ਲੋਕ ਇੱਥੇ ਰਹਿ ਰਹੇ ਆ ਬਟ ਜਿਹੜੀ ਐਜ਼ ਅਪੋਜੀਸ਼ਨ ਤੁਹਾਡੇ ਕੋਲ ਸਟਰੋਂਗ ਅਪੋਜੀਸ਼ਨ ਹੋ ਤੁਸੀਂ ਤੁਹਾਡੀ ਐਨਡੀਪੀ ਪਾਰਟੀ ਜਿਸ ਤਰੀਕੇ ਨਾਲ ਵੇਵ ਚਲਾ ਸਕਦੀ ਆ ਫੋਰ ਸਰਕਾਰ ਤੇ ਆਪਣਾ ਪ੍ਰੈਸ਼ਰ ਬਣਾ ਸਕਦੀ ਆ ਉਹ ਤੁਸੀਂ ਲੇਜ਼ੀ ਲੋਕ ਹੋ ਤੁਹਾਡੇ ਐਨਡੀਪੀ ਬਾਰੇ ਉਹ ਕਹਿੰਦੇ ਨੇ ਕਿ ਇਹ ਕੁਛ ਕਰਦੇ ਨਹੀਂ ਆ ਸਿਰਫ ਗੱਲਾਂ ਹੀ ਕਰਦੇ ਨੇ ਪ੍ਰੈਸ ਨੋਟ ਜਾਰੀ ਕਰਤਾ ਜਾਂ ਪਾਰਲੀਮੈਂਟ 'ਚ ਬੋਲ ਦਿੱਤਾ ਉਹਦੇ ਬਾਅਦ ਕੁਛ ਕਲਿੱਪ ਜਾਰੀ ਕਰ ਦਿੱਤੇ ਵਟ ਯੂ ਟੇਕ ਔਨ ਦੈਟ ਸੋ ਮੇਨ ਚੀਜ਼ ਇਹ ਹੀ ਹੈ ਕਿ ਜਦੋਂ ਅਸੀਂ ਸਾਡੇ ਸਿਸਟਮ ਨੂੰ ਦੇਖਦੇ ਹਾਂ ਮੈਂ ਅਸੀਂ ਜਿਹੜਾ ਐਨਡੀਪੀ ਅਸੀਂ ਇੱਕ ਵਿਰੋਧੀ ਪਾਰਟੀ ਹੈ ਤੇ ਮੇਨ ਜਿਹੜੀ ਸਰਕਾਰ ਹੈ ਦਾ ਗਵਰਨਮੈਂਟ ਦੈਟ ਹੈਜ਼ ਦਾ ਪਾਵਰ ਟੂ ਇਨਵੈਸਟ ਔਰ ਟੂ ਮੇਕ ਡਿਸੀਜਨਸ ਲਾਈਕ ਦੈਟ ਉਹ ਫੋਰ ਸਰਕਾਰ ਹੈ ਤੇ ਸਾਡਾ ਮੇਨ ਰੋਲ ਇਹੀ ਹੈ ਕਿ ਅਸੀਂ ਜੋ ਦੇਖਦੇ ਨੇ ਕਿ ਜਿਹੜੇ ਕਮਜ਼ੋਰੀਆਂ ਹੈਗੇ ਨੇ ਸਰਕਾਰ ਦੇ ਵਿੱਚ ਤੇ ਅਸੀਂ ਉਹ ਕਮਜ਼ੋਰੀਆਂ ਨੂੰ ਉਹ ਜਿਹੜੇ ਕਮੀਆਂ
जो कुछ कंसिडर सरकार करते हैं, वी लुक एट व्हाट द गवर्नमेंट इज डूइंग दैट्स रॉन्ग, दैट्स होल्डिंग आवर सिटी बैक, एंड वी ब्रिंग दैट अप, वी रेज दैट इश्यू. तो ये साडा मेन रोल है. तो असं देखते हैं कि एक पेंडेमिक के समय के Board Sarkar, Conservative Sarkar, they are not doing what Brampton needs. They're not giving us the funding for workplace inspections. They're not giving us the funding to help ensure we control the spread of COVID-19. They even testing centers have added to see, dekh sakde ho ke Brampton de vich just very recently we got more testing centers. Pehla sada kol sirf do testing centers siga sare sada city de vich. We are underfunded, we are underserved. Sade shahar de vich 6 lakh ton jyada bande rehnde ne jadon tusi hunne kiya siga, par sade kol sirf ek hospital. We are in a healthcare crisis. COVID-19 is hurting us more than other cities, and we are not getting support we deserve from the Conservative government. Last one, Gurutan, tuhanu tusi kiya hai ke blaming game hai jo is waqt kiya ja raha hai media da ja mainstream media na kuch hissa da kuch log keh rahe ne. ਤੁਸੀਂ ਕਿੱਦਾਂ ਜਸਟੀਫਾਈ ਕਰ ਰਹੇ ਹੋ ਕਿ ਉਹ ਤੁਹਾਡੇ ਲਈ ਬਾਇਸ ਨੇ ਤੁਹਾਡੇ ਸਿਟੀ ਵਾਸਤੇ ਕਿ ਇਹਨਾਂ ਨੂੰ ਬਲੇਮ ਕੀਤਾ ਜਾ ਰਿਹਾ? ਐਕਚੁਅਲ ਦੇ ਵਿੱਚ ਨੰਬਰ ਤਾਂ ਜ਼ਿਆਦਾ ਹੈ ਹੀ ਨੇ, ਬਟ ਬਲੇਮ ਗੇਮ ਤੁਸੀਂ ਕਿਉਂ ਵਰਡ ਯੂਜ਼ ਕਰ ਰਹੇ ਹੋ? ਅਸੀਂ ਬਲੇਮ ਗੇਮ ਤਾਂ ਹੀ ਯੂਜ਼ ਕਰ ਰਹੇ ਹਾਂ ਕਿਉਂਕਿ ਜੋ ਕੁਛ ਅਸੀਂ ਦੇਖ ਰਹੇ, ਈਵਨ ਜੋ ਕੁਛ ਪ੍ਰੀਮੀਅਰ ਆਪ ਕਹਿੰਦਾ, ਉਹ ਸਿਰਫ ਇੱਕ ਏਰੀਆ ਤੇ ਫੋਕਸ ਕਰਦਾ. ਹੀ ਇਜ਼ ਓਨਲੀ ਫੋਕਸਿੰਗ ਔਨ ਪੀਪਲ ਐਂਡ ਵਾਟ ਪੀਪਲ ਨੀਡ ਟੂ ਡੂ. ਤੇ ਇਸ ਚੀਜ਼ ਮੈਂ ਜੋ ਕੁਛ ਪਬਲਿਕ ਹੈਲਥ ਅਫੀਸ਼ਲ ਆਪ ਕਹਿੰਦੇ ਨੇ, ਮੈਂ ਇਸ ਗੱਲ ਨੂੰ 100% ਐਗਰੀ ਕਰਦਾ ਕਿ ਐਵਰੀਵਨ ਹੈਜ਼ ਟੂ ਕੰਟਰੋਲ ਕੋਵਿਡ-19. ਪਰ ਉਹ ਇੱਦਾਂ ਨਹੀਂ ਕਰਦਾ, ਇੱਦਾਂ ਨਹੀਂ ਗੱਲ ਕਰਦਾ ਕਿ ਹੀ ਡਿਸ ਨਾਟ ਲੁਕਿੰਗ ਐਟ ਵਟ ਆਰ ਦ ਐਕਚੁਅਲ ਇਸ਼ੂਜ਼ ਦੈਟ ਵੀ ਆਰ ਫੇਸਿੰਗ. ਜਦੋਂ ਅਸੀਂ ਸਬੂਤ ਦੇਖਦੇ ਹਾਂ, ਸਬੂਤ ਬੜੀ ਕਲੀਅਰਲੀ ਦਿਖਾ ਰਹੇ ਨੇ ਕਿ ਦ ਸਪਰੈਡ ਆਫ ਕੋਵਿਡ-19 ਇਜ਼ ਹੈਪਨਿੰਗ ਇਨ ਵਰਕ ਪਲੇਸਿਸ, ਦ ਸਪਰੈਡ ਆਫ ਕੋਵਿਡ-19 ਇਜ਼ ਹੈਪਨਿੰਗ ਬਿਕਾਜ਼ ਵੀ ਆਰ ਐਸੈਂਸ਼ੀਅਲ ਵਰਕਰਸ. Spread COVID-19 is happening because sade shahar de vich ek healthcare crisis already siga, sade kol sare Brampton de vich sirf ek hospital. You need to talk about these issues alongside people's personal issues. He is not doing that. The Conservatives are actually not investing in our city, and that's not fair. Je tusi Brampton de vare, je tusi actually vakke tusi Brampton de COVID-19 crisis nu hal labna, fir tusi donna cheezan nu barabar ਸਾਹਿਬ ਨਾਲ ਤੁਸੀਂ ਦੇਖਣਾ ਚਾਹੀਦਾ ਕਿ ਹਰ ਬੰਦੇ ਦਾ ਆਪ ਜਿਹੜਾ ਜ਼ਿੰਮੇਵਾਰੀ ਉਹ ਕੀ ਹੈਗਾ, ਤੇ ਅਸੀਂ ਸਰਕਾਰ ਵੱਲੋਂ ਵਟ ਆਰ ਦੀ ਇਨਵੈਸਟਮੈਂਟਸ ਵੀ ਨੀਡ ਟੂ ਫਾਈਟ ਕੋਵਿਡ-19, ਐਂਡ ਦੈਟਸ ਵਾਟ ਹੀ ਇਜ਼ ਨਾਟ ਡੂਇੰਗ, ਦੈਟਸ ਵਾਟ ਵੀ ਆਰ ਨਾਟ ਸੀਇੰਗ ਇਨ ਦ ਮੀਡੀਆ. ਵੀ ਆਰ ਅੰਡਰ ਸਰਵਿਸਡ, ਵੀ ਆਰ ਇਨ ਅ ਹੈਲਥ ਕ੍ਰਾਈਸਿਸ, ਵੀ ਆਰ ਫੁੱਲ ਆਫ ਐਸੈਂਸ਼ੀਅਲ ਵਰਕਰਸ, ਐਂਡ ਵੀ ਆਰ ਨਾਟ ਗੈਟਿੰਗ ਦ ਸਪੋਰਟ ਵੀ ਨੀਡ. ਦਿਸ ਇਜ਼ ਰੋਂਗ, ਐਂਡ ਦੈਟਸ ਵਾਈ ਵੀ ਆਰ ਰੇਜ਼ਿੰਗ ਦਿਸ ਇਸ਼ੂ ਸੇਇੰਗ ਆਰ ਸਿਟੀ ਨੀਡਸ ਮੋਰ ਇਨਵੈਸਟਮੈਂਟ. थैंक यू गुरतन जी, थैंक यू फॉर बीइंग विद मी, हैव अ वंडरफुल डे. तुहानू आस कर देंगे तुसी इसे तरह कम्युनिटी नू और अपने एरिया नू जड़ा वो रिप्रेजेंट करते रहोगे और उन्हां दी आवाज जड़ी बंद पैसी करी तुसी काम करोगे. हाँ जी, थैंक यू थोड़ा बहुत बहुत शिंदे साहब. तो जान तो पहला मैं सिर्फ एक अनाउंसमेंट करना चाहूंगा कि एक नवा ग्रुप हैगा, एक सारे जेड़ा सिख डॉक्टर्स एक वैबसाइट शुरू किया हुआ सिख कोविड टास्क फोर्स .info. जे लिसनर्स कोई जानकारी दी लोड़ है पंजाबी दे विच, उत्थे सब कुछ सारे जो पब्लिक हैल्थ एडवाइस पंजाबी दे विच ट्रांसलेट किया हुआ वैबसाइट से भी पाया. तो मेन मैसेज यही है कि इस साल जो गुरपुरब हुण आन लगे है, तुसी प्लीज सारे, मेरे बेनती है सारे लिसनर्स नू गुरपुरब नू करे तुसी इस साल मनाओ, क्योंकि जो कोविड-19 दा रेट बहुत हाई ने, यू नो एंड दे विच आप बचाओ ते अपने परिवार नू बचाओ. सो प्लीज बाद तो बाद आप द परहेज कर लो, ते असी एनडीपी वालों फ्रॉम आर